हां जी, वाहिगुरु जी का खालसा, वाहिगुरु जी की फतेह। अज गल करांगे चमकौर दी जंग दी अंतिम शहीद बीबी शरण कौर जी बारे, जिन्हें लखां दी फौज दे घेरे नूं चकमा दे के कुत्तियां कावां दे नोचण लई लवारिस छड्डियां 40 शहीद सिंघां दीआं ते दोवें वड्डे साहिबजादे दीआं पवित्र देहां दा अंतिम संस्कार कीता सी। इस तों पहलां दा इतिहास तां तुसीं सिख शहीदी हफ्ता लड़ी दे पिछले 4 वीडियोज़ विच देख चुके हो। 10 लख दी मुगल फौज नाल मुकाबला करदिआं 40 सिंघ चमकौर दे जंगे मैदान विच शहीद हो चुके सन, पर अपनी फौज दा होया भारी नुकसान वेख के ते उस तों वी वध गुरु साहिब दे उत्थों सुरक्षित निकल जाण तों सरहंद दा नवाब वजीर खान बुरी तरह बौखलाया होया सी। उसने फौज दे मुगल सिपाहियां दीआं लाशां नूं संभालण दा हुक्म दिंदे होए चारे पासे दे पिंडां विच मियादी करवा दित्ती कि हुकूमत दे बागी गुरु गोबिंद दे दोवें पुत्तर ते उस दे सारे चेले मौत दे घाट उतार दित्ते गए हन ते उन्हां दीआं लोथां इसे तरह चमकौर दे जंगे मैदान विच रुलदीआं रहणगीआं ते कां कुत्ते ते इल्लां उन्हां नूं नोच नोच खाणगे। जे कोई भी मर्द या औरत उन्हां लाशां दे नेड़े तेड़े भी नजर आया तो अपनी माड़ी हालत लई आप जिम्मेवार होऊगा। लोकां दे मनां विच दहशत छा गई, दिलां विच वख-वख तरहां दे सवाल उठण लग पए कि साहिबजादियां दीआं पवित्र देहां दा अंतिम संस्कार नहीं हो पाऊगा, कि उन्हां शहीद सिंघां दीआं देहां दी इसे तरह बेअदबी हुंदी रहूगी। इह मियादी चमकौर दे गवांढी पिंड रायपुर विच वी होई। ਉੱਥੋਂ ਦਾ ਇੱਕ ਗੁਰਸਿੱਖ ਭਾਈ ਪ੍ਰੀਤਮ ਸਿੰਘ ਜੀ ਵੀ ਇਸੇ ਜੰਗ ਵਿੱਚ ਸ਼ਹੀਦ ਹੋਏ ਸਨ। ਹਜੇ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਮਗਰੋਂ ਪਰਿਵਾਰ ਵਿੱਚ ਹੁਣ ਉਹਨਾਂ ਦੇ ਬਜ਼ੁਰਗ ਮਾਤਾ ਜੀ ਤੇ ਧਰਮ ਪਤਨੀ ਬੀਬੀ ਸ਼ਰਨ ਕੌਰ ਜੀ ਹੀ ਰਹਿ ਗਏ ਸਨ। ਕੁਝ ਇਤਿਹਾਸਿਕ ਸਰੋਤਾਂ ਵਿੱਚ ਨਾਮ ਬੀਬੀ ਹਰਸ਼ਰਨ ਕੌਰ ਜੀ ਵੀ ਆਉਂਦਾ ਹੈ। ਬੀਬੀ ਸ਼ਰਨ ਕੌਰ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ, ਮੇਰੇ ਤੋਂ ਉਹਨਾਂ ਬਹਾਦਰ ਸਿੰਘਾਂ ਦੇ ਪਵਿੱਤਰ ਸਰੀਰਾਂ ਦੀ ਇਸ ਤਰ੍ਹਾਂ ਬੇਅਦਬੀ ਵੇਖੀ ਨਹੀਂ ਜਾਂਦੀ, ਮੈਂ ਜਾਊਂਗੀ ਤੇ ਜਾ ਕੇ ਉਹਨਾਂ ਸਭ ਦਾ ਅੰਤਿਮ ਸੰਸਕਾਰ ਕਰੂੰਗੀ। ਮਾਤਾ ਨੇ ਕਿਹਾ, ਧੀਏ, ਇਹ ਕੰਮ ਇੰਨਾ ਸੌਖਾ ਨਹੀਂ, ਮਿਆਦੀ ਨਹੀਂ ਸੁਣੀ ਤੂੰ, ਉੱਥੇ ਫੌਜ ਦਾ ਸਖਤ ਪਹਿਰਾ ਹੈ, ਨਾਲੇ ਤੂੰ 40 ਸਰੀਰ ਕੱਲੀ ਕਿਵੇਂ ਸਾਂਭੇਗੀ। ਮਾਤਾ ਜੀ, ਮੈਂ ਅਰਦਾਸ ਕਰ ਚੁੱਕੀ ਹਾਂ, ਅਕਾਲ ਪੁਰਖ ਆਪੇ ਸਹਾਈ ਹੋਣਗੇ, ਪਰ ਤੂੰ ਖੁੱਲ੍ਹੇ ਮੈਦਾਨ ਵਿੱਚ ਖਿਲ ਰਹੀਆਂ ਹਜ਼ਾਰਾਂ ਲਾਸ਼ਾਂ ਵਿੱਚੋਂ 40 ਸਿੰਘਾਂ ਨੂੰ ਪਛਾਣੇਗੀ ਕਿਵੇਂ, ਉਹ ਵੀ ਘੁੱਪ ਹਨੇਰੇ ਵਿੱਚ, ਉਹਨਾਂ ਦੇ ਹੱਥਾਂ ਵਿੱਚ ਪਾਏ ਕੜਿਆਂ ਤੋਂ, ਲੰਮੇ ਕੇਸ ਤੇ ਸਿਰ ਤੇ ਸਜਾਏ ਦਮਾਲਿਆਂ ਤੋਂ। ਇਸ ਤੋਂ ਬਾਅਦ ਬੀਬੀ ਸ਼ਰਨ ਕੌਰ ਜੀ ਨੇ ਆਪਣੀ ਕਮਰ ਤੇ ਇੱਕ ਸ਼ਮਸ਼ੀਰ ਕੱਸੀ ਤੇ ਉੱਤੋਂ ਦੇ ਚਾਦਰ ਦੀ ਬੁੱਕਲ ਮਾਰ ਕੇ ਗੜੀ ਵੱਲ ਰਵਾਨਾ ਹੋ ਗਏ। ਗੜੀ ਨੇੜੇ ਪਹੁੰਚ ਕੇ ਇੱਕ ਦਰਖਤ ਦੇ ਓਲੇ ਲੁੱਕ ਕੇ ਦਿਨ ਢਲਣ ਤੇ ਸਿਪਾਹੀਆਂ ਦੀ ਹਿਲਜੁਲ ਰੁਕਣ ਦੀ ਉਡੀਕ ਕਰਨ ਲੱਗ ਪਏ। ਉਹ ਦਾ ਮਹੀਨਾ ਸੀ, ਅੱਤ ਦੀ ਠੰਡ ਪੈ ਰਹੀ ਸੀ। ਦਿਨ ਢਲਿਆ ਤਾਂ ਇਲਾਕੇ ਨੂੰ ਧੁੰਦ ਤੇ ਹਨੇਰੇ ਨੇ ਘੇਰ ਲਿਆ। ਸਿਪਾਹੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਟਿਕਾਣੇ ਲਾਉਣ ਦਾ ਕੰਮ ਛੱਡ ਕੇ ਤੰਬੂਆਂ ਵਿੱਚ ਵੜ ਗਏ। ਇਸ ਤੋਂ ਬਾਅਦ ਸ਼ੇਰਦਲ ਸਿੰਘਣੀ ਨੇ ਸ਼ਹੀਦਾਂ ਦੀਆਂ ਦੇਹਾਂ ਸੰਭਾਲਣ ਦਾ ਕੰਮ ਸ਼ੁਰੂ ਕੀਤਾ। ਪੰਜਾਬਣ ਜੁੱਸੇ ਦੀ ਮਾਲਕ ਸ਼ਰਨ ਕੌਰ ਹੌਲੇ ਸਰੀਰਾਂ ਨੂੰ ਤਾਂ ਆਪਣੀਆਂ ਬਾਹਾਂ ਵਿੱਚ ਹੀ ਚੁੱਕ ਲੈਂਦੀ ਤੇ ਭਾਰੇ ਸਰੀਰ ਆਪਣੀ ਪਿੱਠ ਤੇ ਲੱਦ ਕੇ ਇੱਕ ਸਾਫ਼ ਥਾਂ ਤੇ ਲਿਜਾ ਕੇ ਸਤਿਕਾਰ ਸਹਿਤ ਇੱਕ ਦੇ ਉੱਤੇ ਇੱਕ ਚਿਣਦੀ ਗਈ। ਸਿੰਘਾਂ ਦੇ ਪਹਿਲੇ ਕੁਝ ਸਰੀਰਾਂ 'ਚੋਂ ਹੀ ਉਸ ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਰੀਰ ਲੱਭ ਗਿਆ। ਜਦ ਉਹਨਾਂ ਨੇ ਜੁਝਾਰ ਸਿੰਘ ਦੇ ਕੋਮਲ ਕਲੇਜੇ 'ਚੋਂ ਚੁਭਿਆ ਤੀਰ ਕੱਢਿਆ ਤਾਂ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ, ਪਰ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਰੋਣਾ ਰੋਕਿਆ, ਕਿਉਂਕਿ ਇੱਕ ਛੋਟੀ ਜਿਹੀ ਆਵਾਜ਼ ਉਹਨਾਂ ਦਾ ਪੂਰਾ ਮਨੋਰਥ ਨਾ ਕੰਮ ਕਰ ਸਕਦੀ ਸੀ। ਉਹ ਆਪਣੀਆਂ ਬਾਹਾਂ ਵਿੱਚ ਚੁੱਕ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਰੀਰ ਚਿਖਾ ਵਾਲੀ ਥਾਂ 'ਤੇ ਲੈ ਗਈ। ਹੁਣ ਤੱਕ ਅੱਧੀ ਰਾਤ ਬੀਤ ਗਈ ਸੀ, ਉਹ ਕਦੀ ਕਿਸੇ ਸਿੰਘ ਦਾ ਵੱਡਿਆ ਹੱਥ ਲੱਭਦੀ ਤੇ ਕਦੀ ਲੱਤ। ਸਿੰਘਾਂ ਦੇ ਭਾਰੀ ਸਰੀਰ ਪਿੱਠ 'ਤੇ ਲੱਦ ਉਹ ਲਹੂ ਡੁੱਲਣ ਕਾਰਨ ਹੋਏ ਚਿੱਕੜ 'ਚੋਂ ਤਿਲਕਣ ਤੋਂ ਬਚਦੀ ਬਚਾਉਂਦੀ 30 ਤੋਂ ਵੱਧ ਸਿੰਘਾਂ ਦੇ ਸਰੀਰ ਇਕੱਠੇ ਕਰ ਚੁੱਕੀ ਸੀ। ਰਾਤ ਦਾ ਪਾਲਾ ਆਪਣੇ ਸਿਖਰ ਤੇ ਸੀ, ਉਹ ਥੱਕ ਕੇ ਚੂਰ ਹੋ ਚੁੱਕੀ ਸੀ ਤੇ ਉਸਦਾ ਸਾਰਾ ਸਰੀਰ ਦੁੱਖ ਰਿਹਾ ਸੀ। ਮਨ ਤਾਂ ਕੀਤਾ ਕਿ ਬੈਠ ਕੇ ਕੁਝ ਚਿਰ ਆਰਾਮ ਕਰ ਲਵਾਂ, ਪਰ ਉਹ ਬੈਠ ਕਿਵੇਂ ਸਕਦੇ ਸਨ? ਹਜੇ ਉਹਨਾਂ ਦਾ ਮਨੋਰਥ ਪੂਰਾ ਨਹੀਂ ਸੀ ਹੋਇਆ, ਹਜੇ ਉਹਨਾਂ ਨੂੰ ਨਾ ਤਾਂ ਆਪਣੇ ਪਤੀ ਦਾ ਸਰੀਰ ਲੱਭਿਆ ਸੀ ਤੇ ਨਾ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ। ਜੰਗੇ ਮੈਦਾਨ ਵਿੱਚ ਖਿਲ ਰਹੀਆਂ ਹਜ਼ਾਰਾਂ ਲਾਸ਼ਾਂ ਦੀ ਫਰੋਲਾ ਫਰਾਲੀ ਕਰਦਿਆਂ ਆਖਿਰਕਾਰ ਉਹਨਾਂ ਨੂੰ ਆਪਣੇ ਪਤੀ ਦਾ ਸਰੀਰ ਲੱਭ ਹੀ ਗਿਆ। ਉਹਨਾਂ ਪ੍ਰੇਮ ਨਾਲ ਆਪਣੇ ਸਿਰ ਦੇ ਸਾਈਂ ਦਾ ਸਰੀਰ ਆਪਣੀ ਗੋਦ ਵਿੱਚ ਰੱਖਿਆ ਤੇ ਚਿਹਰੇ ਤੇ ਲੱਗਿਆ ਲਹੂ ਸਾਫ਼ ਕੀਤਾ। ਉਹਨਾਂ ਦਾ ਜੀ ਤਾਂ ਨਹੀਂ ਕਰ ਰਿਹਾ ਸੀ ਉੱਠਣ ਨੂੰ, ਪਰ ਸਮਾਂ ਬਹੁਤ ਘੱਟ ਰਹਿ ਗਿਆ ਸੀ। ਆਪਣੇ ਪਤੀ ਦੀ ਲਾਸ਼ ਨੂੰ ਵੀ ਉਹ ਪਿੱਠ ਤੇ ਲੱਦ ਕੇ ਉਸੇ ਚਿਖਾ ਵੱਲ ਲੈ ਗਈ। ਰਾਤ ਦਾ ਤੀਸਰਾ ਪਹਿਰ ਆ ਗਿਆ ਸੀ, ਪਰ ਬੀਬੀ ਜੀ ਨੂੰ ਇਹ ਚਿੰਤਾ ਵੱਡ-ਵੱਡ ਖਾ ਰਹੀ ਸੀ ਕਿ ਹਜੇ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਦਾ ਦੇਹ ਸਰੀਰ ਨਹੀਂ ਸੀ ਮਿਲਿਆ। ਉਹ ਪੂਰੇ ਜੰਗੇ ਮੈਦਾਨ ਵਿੱਚ ਕਾਫੀ ਚਿਰ ਇੱਧਰ ਉੱਧਰ ਲੱਭਦੇ ਰਹੇ। ਇਸੇ ਦੌਰਾਨ ਸਿਪਾਹੀਆਂ ਨੂੰ ਉੱਥੇ ਕਿਸੇ ਦੇ ਹੋਣ ਦਾ ਸ਼ੱਕ ਪੈ ਗਿਆ। ਸ਼ਰਨ ਕੌਰ ਨੇ ਧੁੰਦ ਵਿੱਚ ਨਿਗਾਹ ਟਿਕਾ ਕੇ ਦੇਖਿਆ ਤਾਂ ਕੁਝ ਸਿਪਾਹੀ ਮਸ਼ਾਲਾਂ ਫੜ ਕੇ ਉਹਦੇ ਵੱਲ ਹੀ ਆ ਰਹੇ ਸਨ। ਉਹ ਫੱਟ ਦਿਨੀ ਲਾਸ਼ ਬਣ ਕੇ ਲਾਸ਼ਾਂ ਦੇ ਵਿੱਚ ਲੇਟ ਗਈ। ਸਿਪਾਹੀਆਂ ਦੀ ਟੁਕੜੀ ਉਸ ਨੂੰ ਮਿੱਧਦੀ ਹੋਈ ਉੱਤੋਂ ਦੀ ਲੰਘ ਗਈ। ਆਖਿਰਕਾਰ ਜਦੋਂ ਸਾਰੇ ਆਪਣੀ ਤਸੱਲੀ ਕਰਕੇ ਵਾਪਸ ਮੁੜ ਗਏ ਤਾਂ ਇਹ ਸਿੰਘਣੀ ਇੱਕ ਵਾਰ ਫਿਰ ਆਪਣੇ ਕੰਮ ਤੇ ਜੁੱਟ ਗਈ ਤੇ ਅੰਤ ਵਿੱਚ ਸਾਹਿਬਜ਼ਾਦੇ ਦੇ ਸਰੀਰ ਨੂੰ ਲੱਭਣ ਵਿੱਚ ਕਾਮਯਾਬ ਹੋ ਹੀ ਗਈ। ਜੰਗੇ ਮੈਦਾਨ ਵਿੱਚ ਜਿੱਥੇ ਲੋਥਾਂ ਦਾ ਸਭ ਤੋਂ ਵੱਡਾ ਢੇਰ ਲੱਗਿਆ ਸੀ, ਸਾਹਿਬਜ਼ਾਦੇ ਦਾ ਸਰੀਰ ਉੱਥੇ ਹੀ ਪਿਆ ਸੀ। ਇਹ ਸਾਰੇ ਸਿਪਾਹੀ ਸਾਹਿਬਜ਼ਾਦੇ ਨੇ ਹੀ ਮਾਰ ਸੁੱਟੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਦੇ ਆਪਣੇ ਸਰੀਰ 'ਚੋਂ ਵੀ ਬਹੁਤ ਸਾਰੇ ਤੀਰ ਆਰ ਪਾਰ ਹੋਏ ਪਏ ਸਨ।
ਬੀਬੀ ਸ਼ਰਨ ਕੌਰ ਨੇ ਸਾਰੇ ਤੀਰ ਕੱਢੇ ਤੇ ਸਾਹਿਬਜ਼ਾਦੇ ਦੀ ਦੇਹ ਆਪਣੇ ਮੋਢਿਆਂ ਤੇ ਲੱਦ ਕੇ ਚਿਖਾ ਵੱਲ ਲੈ ਗਈ ਤੇ ਉੱਥੇ ਲਿਜਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸਰੀਰ ਦੇ ਨਾਲ ਹੀ ਲਿਟਾ ਦਿੱਤਾ ਤੇ ਹੁਣ ਫੁਰਤੀ ਨਾਲ ਸਾਰੇ ਸਰੀਰਾਂ ਨੂੰ ਅਗਨ ਭੇਟ ਕਰਨ ਦੀ ਤਿਆਰੀ ਵਿੱਚ ਜੁੱਟ ਗਈ। ਜਿੰਨੀਆਂ ਹੋ ਸਕੀਆਂ ਲੱਕੜਾਂ ਚਿਖਾ ਨਾਲ ਜੋੜਨ ਤੋਂ ਬਾਅਦ ਉਹਨਾਂ ਆਪਣੇ ਨਾਲ ਲਿਆਂਦੀਆਂ ਤੇਲ ਜਾਂ ਘਿਓ ਦੀਆਂ ਦੋ ਗਾਗਰਾਂ ਨਾਲ ਸਾਰੀ ਚਿਖਾ ਤੇ ਚੰਗੀ ਤਰ੍ਹਾਂ ਛਿੜਕਾਅ ਕਰ ਦਿੱਤਾ। ਵੈਸੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਇੱਥੇ ਲੱਕੜੀਆਂ ਬਾਲਣ ਦੇ ਨਾਲ ਸੰਸਕਾਰ ਕਰਨ ਦੀ ਗੱਲ ਲਿਖੀ ਹੋਈ ਹੈ, ਪਰ ਇਹ ਨੌ ਸੱਸ ਦੀ ਗੱਲਬਾਤ, ਇਹ ਦੇਹਾਂ ਨੂੰ ਆਪਣੀ ਪਿੱਠ ਤੇ ਲੱਦ ਕੇ ਲਿਆਉਣਾ ਤੇ ਉਹਨਾਂ ਦਾ ਸਰੀਰ ਦੁਖਣਾ, ਇਹ ਗੱਲਾਂ ਕਿਸੇ ਨੇ ਉੱਥੇ ਕੋਲ ਖਲੋ ਕੇ ਨਹੀਂ ਦੇਖੀਆਂ। ਇਹਨਾਂ 'ਚੋਂ ਕਾਫ਼ੀ ਗੱਲਾਂ ਇਤਿਹਾਸਕਾਰਾਂ ਨੇ ਆਪਣੀ ਕਲਪਨਾ ਦੀ ਛਾਵੇਂ ਬਹਿ ਕੇ ਲਿਖੀਆਂ ਹਨ। ਇਸੇ ਤਰ੍ਹਾਂ ਹੀ ਇੱਕ ਇਤਿਹਾਸਿਕ ਕਿਤਾਬ ਵਿੱਚ ਲੇਖਕ ਨੇ ਇਸ ਤਰ੍ਹਾਂ ਦੇ ਕਿਸੇ ਤੇਲ ਜਾਂ ਘਿਓ ਦੀ ਗੱਲ ਲਿਖੀ ਹੈ। ਆਮ ਤੌਰ 'ਤੇ ਇੱਕ ਸੰਸਕਾਰ ਵਿੱਚ ਕਈ ਮਣ ਲੱਕੜ ਦੀ ਲੋੜ ਪੈਂਦੀ ਹੈ ਅਤੇ ਜਿੱਥੇ 40 ਦੇਹਾਂ ਦਾ ਇਕੱਠਾ ਸੰਸਕਾਰ ਕੀਤਾ ਜਾਣਾ ਹੋਵੇ ਉੱਥੇ ਕਿੰਨੀ ਲੱਕੜ ਦੀ ਲੋੜ ਪਈ ਹੋਊਗੀ। ਅਤੇ ਜਿਹੋ ਜਿਹੇ ਹਾਲਾਤਾਂ ਵਿੱਚ ਬੀਬੀ ਸ਼ਰਨ ਕੌਰ ਨੇ ਇਸ ਕਾਰਜ ਨੂੰ ਨੇਪਰੇ ਚਾੜਿਆ, ਇਹ ਤੇਲ ਜਾਂ ਘਿਓ ਵਾਲੀ ਗੱਲ ਅਸਲੀਅਤ ਦੇ ਜ਼ਿਆਦਾ ਨੇੜੇ ਲੱਗਦੀ ਹੈ। ਜਿਵੇਂ ਹੀ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋਏ, ਸਿਪਾਹੀ ਹੈਰਾਨ ਹੋ ਕੇ ਚਿਖਾ ਵੱਲ ਭੱਜੇ। ਉਹਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀ ਪਰ ਬੀਬੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਸ਼ੇਰਨੀ ਵਾਂਗ ਉਹਨਾਂ 'ਤੇ ਟੁੱਟ ਪਈ। ਕਈਆਂ ਨੂੰ ਮਾਰ ਮੁਕਾਇਆ ਅਤੇ ਕਈਆਂ ਨੂੰ ਫੱਟੜ ਕਰਕੇ ਸੁੱਟ ਦਿੱਤਾ। ਕਾਫ਼ੀ ਚਿਰ ਬੀਬੀ ਸਿਪਾਹੀਆਂ ਨਾਲ ਸੰਘਰਸ਼ ਕਰਦੇ ਰਹੇ ਪਰ ਆਖਿਰਕਾਰ ਇੱਕ ਨੇਜਾ ਆ ਕੇ ਉਹਨਾਂ ਦੀ ਵੱਖੀ 'ਚੋਂ ਪਾਰ ਹੋ ਗਿਆ। ਤਲਵਾਰ ਹੱਥੋਂ ਛੁੱਟ ਗਈ ਅਤੇ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਪਏ। ਜ਼ਾਲਮਾਂ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਹੀ ਚੁੱਕ ਕੇ ਚਿਖਾ ਦੇ ਬਲ ਦੇ ਭਾਂਬੜਾਂ ਵਿੱਚ ਸੁੱਟ ਦਿੱਤਾ। ਪਰ ਸ਼ਹੀਦ ਹੁੰਦੇ ਹੋਏ ਵੀ ਬੀਬੀ ਜੀ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਆਪਣੇ ਮਨੋਰਥ ਨੂੰ ਪੂਰਨ ਕਰਨ ਵਿੱਚ ਕਾਮਯਾਬ ਹੋ ਚੁੱਕੇ ਸਨ। ਬੀਬੀ ਜੀ ਦੇ ਮੂੰਹੋਂ ਨਿਕਲੇ ਤਸੱਲੀ ਭਰੇ ਅੰਤਿਮ ਬੋਲ ਫਿਜ਼ਾ ਵਿੱਚ ਗੂੰਜ ਗਏ। ਜਿਸ ਮਰਨੇ ਤੋਂ ਜਗ ਡਰੇ ਮੇਰੇ ਮਨ ਆਨੰਦ, ਮਰਨੇ 'ਤੇ ਹੀ ਪਾਈਏ ਪੂਰਨ ਪਰਮਾਨੰਦ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਉਸ ਘਿਓ ਅਤੇ ਲੱਕੜਾਂ ਵਾਲੀ ਗੱਲ 'ਚੋਂ ਤੁਹਾਨੂੰ ਕਿਹੜੀ ਗੱਲ ਅਸਲੀਅਤ 'ਤੇ ਵੱਧ ਨੇੜੇ ਲੱਗਦੀ ਹੈ। ਨੂੰ ਲਾਈਕ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ, ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖੀ ਦੇ ਪ੍ਰਚਾਰ ਵਿੱਚ ਆਪਣੀ ਸੇਵਾ ਜ਼ਰੂਰ ਪਾਇਓ ਜੀ। ਦੂਸਰਿਆਂ ਤੋਂ ਵੀ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।